ਹੈਲੋ ਸਟੂਡੈਂਟਸ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਪਟਵਾਰੀ ਦੇ ਐਗਜ਼ਾਮ ਬਾਰੇ ਤੁਹਾਨੂੰ ਪਤਾ ਹੈ ਕਿ ਜੋ ਪਟਵਾਰੀ ਦੀ ਹੁਣੇ ਰਿਕਰੂਟਮੈਂਟ ਆਈ ਹੈ ਉਸ ਦੇ ਸਿਲੇਬਸ ਦੀ ਵੇਟ ਕੀਤੀ ਜਾ ਰਹੀ ਸੀ ਉਹਨਾਂ ਨੇ ਜੋ ਨੋਟੀਫਿਕੇਸ਼ਨ ਦੇ ਨਾਲ ਸਿਲੇਬਸ ਨਹੀਂ ਆਇਆ ਸੀ ਹੁਣ ਉਹਨਾਂ ਦਾ ਸਿਲੇਬਸ ਦੀ ਨੋਟੀਫਿਕੇਸ਼ਨ ਆਈ ਹੈ ਉਹ ਸਿਲੇਬਸ ਮੈਂ ਤੁਹਾਡੇ ਨਾਲ ਡਿਸਕਸ ਕਰਨ ਵਾਲੀ ਹਾਂ ਬੱਚਾ ਪਹਿਲੀ ਗੱਲ ਤਾਂ ਜੋ ਇਹ ਐਗਜ਼ਾਮ ਦਾ ਸਿਲੇਬਸ ਹੈ ਸਾਰਿਆਂ ਲਈ ਇੱਕੋ ਹੀ ਪੇਪਰ ਹੋਏਗਾ ਚਾਹੇ ਉਹ ਰੈਵਿਨਿਊ ਪਟਵਾਰੀ ਹੈ ਜਾਂ ਇਰੀਗੇਸ਼ਨ ਬੁਕਿੰਗ ਕਲਰਕ ਹੈ ਠੀਕ ਹੈ ਤੇ ਜਿਹੜਾ ਜ਼ਿਲ੍ਹਾਦਾਰ ਹੈ ਇਹਨਾਂ ਸਾਰਿਆਂ ਦਾ ਇੱਕੋ ਹੀ ਪੇਪਰ ਹੋਏਗਾ ਸੇਮ ਦਾ ਐਗਜ਼ਾਮ ਵੀ ਕੰਡਕਟਡ ਐਮਸੀਕਿਊ ਐਮਸੀਕਿਊ ਹੋਣਗੇ ਓਐਮਆਰ ਸ਼ੀਟ ਮੀਨਸ ਓ ਆਫਲਾਈਨ ਤੁਹਾਡਾ ਐਗਜ਼ਾਮ ਹੋਏਗਾ ਠੀਕ ਹੈ ਜੀ देयर विल बी 네ਗੇਟਿਵ ਮਾਰਕਿੰਗ 네ਗੇਟਿਵ ਮਾਰਕਿੰਗ ਇਸ ਪੇਪਰ ਦੀ ਰਹੇਗੀ ਈਚ ਕੁਐਸਚਨ ਕੈਰੀ 1 ਮਾਰਕਸ ਹਰ ਇਕੁਐਸਚਨ ਇੱਕ ਨੰਬਰ ਦਾ ਹੋਏਗਾ ਤੇ ਰੋਂਗ ਦੀ 1/4 ਹੈ ਜਿਹੜੀ 0.25 ਸਾਡੀ 네ਗੇਟਿਵ ਮਾਰਕਿੰਗ ਹੋਏਗੀ ਕਲੀਅਰ ਔਰ ਇਹ ਹਜੇ ਵੀ ਇਹਨਾਂ ਨੇ ਇਹ ਟੈਂਟੇਟਿਵ ਸਿਲੇਬਸ ਹੀ ਬੋਲੇ ਆ ਕਲੀਅਰ ਟੈਂਟੇਟਿਵ ਸਿਲੇਬਸ ਹੈ ਮੀਨਸ ਦਾ ਮਤਲਬ ਕੁਝ ਇਹ ਕੁਝ ਚੇਂਜਸ ਕਰਨਾ ਚਾਹੁੰਦੇ ਤੇ ਟਾਈਮ ਟੂ ਟਾਈਮ ਚੇਂਜ ਕਰ ਸਕਦੇ ਠੀਕ ਹੈ ਜੀ ਹੁਣ ਆਪਾਂ ਗੱਲ ਕਰ ਲੈਂਦੇ ਕਿੰਨੇ ਮਾਰਕਸ ਦਾ ਪੇਪਰ ਆਏਗਾ ਦਾ ਸਭ ਦੀ ਕਿੰਨਾ ਕਿੰਨੇ ਕੁਐਸਚਨ ਕਿੰਨੇ ਕਿੰਨੇ ਸਬਜੈਕਟ ਚ ਆਣਗੇ ਸਭ ਤੋਂ ਪਹਿਲਾਂ ਦਾ ਟੋਟਲ ਮਾਰਕਸ 120 ਮੀਨਸ ਆ ਵੀਕ ਤੋਂ 20 ਕੁਐਸਚਨ ਆਣਗੇ ਆਪਾਂ ਨੂੰ ਠੀਕ ਹੈ ਜੀ ਤਾਂ ਹੁਣ ਸਭ ਤੋਂ ਪਹਿਲਾਂ ਆਉਂਦਾ ਜਰਨਲ ਅਵੇਅਰਨਸ ਜਨਰਲ ਨੋਲੇਜ ਇੰਡੀਆ ਦੀ ਔਰ ਪੰਜਾਬ ਦੀ 20 ਮਾਰਕਸ ਦੀ ਬੱਚਾ ਇਹਦੇ ਵਿੱਚ ਸਭ ਕੁਝ ਕਵਰ ਹੋਏਗਾ ਸਭ ਤੋਂ ਪਹਿਲਾਂ ਦਾ ਕਰੰਟ ਅਫੇਅਰਸ ਠੀਕ ਹੈ ਸਟੈਟਿਸ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਇਕਨੋਮਿਕਸ ਸਾਰਾ ਕੁਝ ਕਵਰ ਹੋਏਗਾ ਪਲੱਸ ਪੰਜਾਬ ਦਾ ਵੀ ਠੀਕ ਹੈ ਜੀ ਪੰਜਾਬ ਦਾ ਵੀ ਜੋ ਲੀਡਰਸ ਆਫ ਇੰਡੀਆ ਐਂਡ ਪੰਜਾਬ ਮੂਵਮੈਂਟਸ ਰਹਿਣ ਗਿਆ ਆਪਣੀ ਪੋਲੀਟੀਕਲ ਚ ਫੰਡਾਮੈਂਟਲ ਰਾਈਟਸ ਡਿਊਟੀ ਸਿਟੀਜ਼ਨਸ਼ਿਪ ਸਾਰਾ ਕੁਝ ਈਵਨ ਕੇ ਤੁਹਾਨੂੰ ਸਾਰੀ ਸਟੈਟਿਕ ਜੀਕੇ ਪਲੱਸ ਕਰੰਟ ਪਲੱਸ ਪੰਜਾਬ ਤਿੰਨਾ ਹੀ ਜੀਕੇ ਨੂੰ ਤੁਸੀਂ ਪ੍ਰਪੇਅਰ ਕਰਨਾ ਹੈ ਅੱਛੇ ਤਰੀਕੇ ਨਾਲ ਪ੍ਰਪੇਅਰ ਕਰਨਾ ਹੈ ਠੀਕ ਹੈ ਜੀ ਕੋਈ 20 ਮਾਰਕਸ ਬਹੁਤ ਹੁੰਦੇ ਆ ਨੈਕਸਟ ਆ ਜਾਂਦਾ ਮੈਂਟਲ ਅਬਿਲਟੀ ਜਿਸ ਨੂੰ ਆਪਾਂ ਰੀਜ਼ਨਿੰਗ ਵੀ ਕਹਿੰਦੇ ਆ ਠੀਕ ਹੈ ਇਹਨਾਂ ਨੇ ਕੁਝ ਟਾਪਿਕ ਤਾਂ ਮੈਂਸ਼ਨ ਆ ਬਸ ਮੈਕਸिमम ਮੈਕਸिमम ਸਾਰੀ ਰੀਜ਼ਨਿੰਗ ਦੇ ਜਿਵੇਂ ਆਪ ਅਗਰਵਾਲ ਹੈ ਤਾਂ ਸਾਰੇ ਹੀ ਟਾਪਿਕ ਪਰ ਗੋ ਥਰੂ ਹੋ ਜੋ ਤਾਂ ਬੈਟਰ ਰਹਿੰਦਾ ਠੀਕ ਹੈ ਤਾਂ 15 ਮਾਰਕਸ ਦੀ ਹੈ ਵੀ ਇਸ ਵਿੱਚ ਆਪਾਂ ਨੰਬਰ ਨਹੀਂ ਘਟਵਾ ਸਕਦੇ ਠੀਕ ਹੈ ਜੀ ਕੁਆਂਟਸ ਕੁਆਂਟਸ ਦੇ ਵਿੱਚ ਇਹਨਾਂ ਨੇ ਲਾਸਟ ਟਾਈਮ ਸਿਰਫ ਮੈਨਸੂਰੇਸ਼ਨ ਸੀ ਇਸ ਵਾਰ ਮੈਨਸੂਰੇਸ਼ਨ ਦੇ ਨਾਲ ਬਾਕੀ ਚੈਪਟਰਸ ਵੀ ਆਣਗੇ ਮੈਨਸੂਰੇਸ਼ਨ ਤਾਂ ਆਏਗੀ ਆਏਗੀ ਰੈਕਟੈਂਗਲ ਸਕੁਆਰ ਟ੍ਰਾਇੰਗਲ ਟ੍ਰੈਪੀਜ਼ਮ ਰੰਬਸ ਪੈਂਟਾਗਨ ਸਰਕਲ ਇਹ ਤਾਂ ਰਹਿਣ ਗਿਆ ਇੱਕ ਇੱਕ ਹੋਰ ਚੀਜ਼ ਆਏਗੀ ਯੂਨਿਟਸ ਉਹ ਮੈਜ਼ਰਮੈਂਟ ਲੈਂਡ ਐਂਡ देयर ਕਨਵਰਜਨ ਲੈਂਡ ਔਰ ਕਨਵਰਜਨ ਬਾਰੇ ਵੀ ਇੱਕ ਇੱਕ ਦੋ ਕੁਐਸਚਨ ਆਪਾਂ ਨੂੰ ਇਹਦੇ ਰਿਗਾਰਡਿੰਗ ਵੀ ਆਣਗੇ ਪਲੱਸ ਬਾਕੀ ਸਿੰਪਲ ਚੈਪਟਰ ਪ੍ਰੋਬਲਮ ਰੇਸ਼ੋ ਡੀ ਆਈ ਟਾਈਮ ਐਂਡ ਵਰਕ ਟਾਈਮ ਐਂਡ ਡਿਸਟੈਂਸ ਕੈਲੰਡਰ ਕਲੋਕ ਟ੍ਰੇਨ ਪ੍ਰੋਬਲਮ ਔਨ 에ਜੇਸ ਕਲੀਅਰ ਇਹ ਸਾਰੇ ਚੈਪਟਰ ਹੀ ਆਪਾਂ ਨੂੰ ਮੈਕਸਿਮਮ ਮੈਕਸਿਮਮ ਪੂਰਾ ਕਵਾਂਟ ਸੀ ਕਵਰ ਹੋਏਗਾ ਅਗੇ ਆਗੇ ਲੈਂਗੁਏਜਸ ਇੰਗਲਿਸ਼ ਐਂਡ ਪੰਜਾਬੀ ਠੀਕ ਹੈ ਦੋਨੋਂ ਇੰਗਲਿਸ਼ ਔਰ ਪੰਜਾਬੀ ਦੋਨੋਂ ਸਬਜੈਕਟ ਐਂਡ ਵਰਬ ਐਡਜੈਕਟਿਵਸ ਐਂਡ ਨੰਮਸ ਠੀਕ ਹੈ ਵਨ ਵਰਡ ਸਬਸਟੀਟਿਊਸ਼ਨ ਫਿਲਿੰਗ ਬਲੈਂਕਸ ਮੈਨ ਆਲਮੋਸਟ ਉਹ ਪੂਰੀ ਗ੍ਰਾਮਰ ਕਵਰ ਕਰਨੀ ਪਏਗੀ ਪੰਜਾਬੀ ਦੀ ਵੀ ਔਰ ਇੰਗਲਿਸ਼ ਦੀ ਵੀ ਜਿਵੇਂ ਇੰਗਲਿਸ਼ ਆਪਾਂ ਕਹਿੰਦੇ ਆ ਅੱਜ ਮੈਂ ਸਮਾਨਾਰਥਕ ਸ਼ਬਦ ਠੀਕ ਹੈ ਉਲਟ ਸ਼ਬਦ ਤੇ ਇਹ ਨਾਮ ਬਨਾਮ ਪਾਰਟ ਆਫ ਸਪੀਚ ਹੋ ਗਿਆ ਠੀਕ ਹੈ ਨਾਉਨ ਵਰਬ ਜਿਵੇਂ ਆਪਾਂ ਇੰਗਲਿਸ਼ ਕਰਨੇ ਆ ਤਾਂ ਪੰਜਾਬੀ ਚ ਵੀ ਨਾਮ ਬਨਾਮ ਸਬਦੇ ਹੀ ਕੁਐਸਚਨ ਤੁਸੀਂ ਇੱਕ ਵਾਰ ਗੋ ਥਰੂ ਕਰਨੇ ਜ਼ਰੂਰ ਹੈ ਅੱਗੇ ਆ ਗਿਆ ਆਈਟੀ ਆਈਟੀ ਆਏਗਾ ਆਪਣਾ 15 ਮਾਰਕਸ ਦਾ ਕਲੀਅਰ ਜਿਵੇਂ ਕੰਪਿਊਟਰ ਹੋ ਗਿਆ ਸ ਠੀਕ ਹੈ ਜੀ ਬੇਸਿਕ ਕੰਪਿਊਟਰ ਪਲੱਸ ਮੋਬਾਈਲ ਫੋਨ ਪਲੱਸ ਪਰਸਨਲ ਡਿਜੀਟਲ ਗੈਜੇਟਸ ਬਾਰੇ ਵਾਇਰਲੈਸ ਟੈਕਨੋਲੋਜੀ ਮੀਨਸ ਅੱਜ ਕੱਲ੍ਹ ਜੋ ਚੱਲ ਰਿਹਾ ਉਹ ਸਾਰੇ ਟੈਕਨੋਲੋਜੀ ਬਾਰੇ ਕੁਐਸਚਨ ਆਣਗੇ ਫੰਡamentals ਆਫ ਕੰਪਿਊਟਰ ਐਂਡ ਨੈਟਵਰਕ ਸਾਈਬਰ ਲਾਜ਼ ਠੀਕ ਹੈ ਇਹਦੇ ਬਾਰੇ ਆਏਗਾ ਜੀਪੀਐਸ ਵਗਾਰੇ ਆਏਗਾ ਐਮਐਸ ਵਰਡ ਪਾਵਰਪੁਆਇੰਟ ਡਾਟਾਬੇਸ ਸਾਰਾ ਕੁਝ ਤੁਹਾਨੂੰ ਆਈਟੀ ਦੀ ਨੌਲੇਜ ਹੋਣੀ ਚਾਹੀਦੀ ਹੈ ਕਿਉਂਕਿ 15 ਮਾਰਕਸ ਦੀ ਆਪਣੀ ਆਈਟੀ ਆਏਗੀ ਕਲੀਅਰ ਨੈਕਸਟ ਆ ਜਾਂਦਾ ਹੈ ਐਗਰੀਕਲਚਰ ਐਗਰੀਕਲਚਰ ਵਿੱਚ ਵੀ ਤੁਹਾਨੂੰ ਸਾਰਾ ਰਬੀਅਨ ਕ੍ਰੌਪਸ ਗਰੀਬ ਦੀਆਂ ਕ੍ਰੌਪਸ ਬਾਰੇ ਸੋਇਲਸ ਬਾਰੇ ਫੂਡ ਪ੍ਰੋਸੈਸਿੰਗ ਬਾਰੇ ਠੀਕ ਹੈ ਇਹ ਜੋ ਇਹ ਕੰਟਰੀਬਿਊਸ਼ਨ ਬਾਰੇ ਕਿ ਇਹਨਾਂ ਦਾ ਐਗਰੀਕਲਚਰ ਕੀ ਕੰਟਰੀਬਿਊਸ਼ਨ ਹੈ ਸਾਰਾ ਆਣਾ ਚਾਹੀਦਾ 10 ਮਾਰਕਸ ਆਏਗਾ ਪਲੱਸ ਅਗੇ 10 ਮਾਰਕਸ ਆਏਗਾ ਪੰਜਾਬ ਹਿਸਟਰੀ ਐਂਡ ਕਲਚਰ ਅਲੱਗ ਤੋਂ ਪੰਜਾਬ ਦਾ ਪੂਰਾ ਆਏਗਾ ਸੂਫੀ ਸੰਤ ਗੁਰੂ ਲੋਦੀਆਂ ਮੁਗਲ ਸਿੱਖ ਰੂਲਰ ਬ੍ਰਿਟਿਸ਼ ਪੀਰੀਅਡ ਨੈਸ਼ਨਲ ਮੂਵਮੈਂਟ ਇਨ ਪੰਜਾਬ ਦੀਆਂ ਵੀ ਅਲੱਗ ਤੋਂ ਆਣੀਆਂ ਆਂ ਇੰਡੀਆ ਦੀਆਂ ਤਾਂ ਆਣੀਆਂ ਆਣੀਆਂ ਪੰਜਾਬ ਦੀਆਂ ਵੀ ਅਲੱਗ ਤੋਂ ਪੜਨੀਆਂ ਨੇ ਮੇਜਰ ਪਰਸਨੈਲਿਟੀਜ਼ ਮੇਜਰ ਲਿਟਰੇਚਰ ਫੋਕਪੇਅਰ ਠੀਕ ਹੈ ਸਾਰਾ ਕੁਝ ਆਏਗਾ ਇਹਦੇ ਲਈ ਪੰਜਾਬ ਲਈ ਵਿੱਚ ਤੁਸੀਂ ਜ਼ਰੂਰ ਸਾਡਾ ਪੰਜਾਬ ਬੁੱਕ ਹੈ ਸਾਡਾ ਪੰਜਾਬ ਬੁੱਕ ਹੈ ਉਹ ਬਹੁਤ ਅੱਛੀ ਹੈ ਜਿਹਦੇ ਵਿੱਚ ਸਾਰਾ ਕੁਝ ਕਵਰ ਹੋ ਜਾਂਦਾ ਹੈ ਆਪਣਾ ਪੰਜਾਬ ਦਾ ਕਲੀਅਰ ਤਾਂ ਸਾਡਾ ਪੰਜਾਬ ਬੁੱਕ ਹੀ ਪ੍ਰੈਫਰ ਹੈ ਇਸ ਲਈ ਠੀਕ ਹੈ ਜੀ ਇਸ ਨੂੰ ਸਾਰਾ ਤੁਸੀਂ ਗੋ ਥਰੂ ਕਰਨਾ ਇਜ਼ ਰਿਗਾਰਡਿੰਗ ਜੋ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਪੁੱਛ ਸਕਦੇ ਹੋ ਬੈਸਟ ਆਫ ਲੱਕ ਐਸ ਲੀ ਐਨ ਆਈ ਥੈਂਕ